ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਤਰਤੀਬ ਦਾ ਤੀਸਰਾ ਰਾਗ ਹੈ, ਜਿਸ ਦੇ ਕਿ 11 ਪ੍ਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ। ਰਾਗ ਗੌੜੀ ਬੜਾ ਪ੍ਰਾਚੀਨ ਅਤੇ ਮਧੁਰ ਰਾਗ ਹੈ। ਭਾਰਤੀ ਸੰਗੀਤਕ ਗ੍ਰੰਥਾਂ ਵਿੱਚ ਰਾਗ ਗੌੜੀ ਨੂੰ ਗੌਰੀ, ਗਵਰੀ ਅਤੇ ਗੌਰੀ ਨਾਮਾਂ ਨਾਲ ਜਾਣਿਆ ਜਾਂਦਾ ਹੈ, ਪਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ਰਾਗ ਗੌੜੀ ਦੇ ਨਾਮ ਨਾਲ ਅੰਕਿਤ ਕੀਤਾ ਗਿਆ ਹੈ। ਰਾਗ ਗੌੜੀ ਭੈਰਵ ਥਾਟ ਦਾ ਰਾਗ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ ਹੈ, ਭਾਵ ਆਰੋਹ ਵਿੱਚ 6 ਅਤੇ ਅਵਰੋਹ ਵਿੱਚ ਸੰਪੂਰਨ 7 ਸਵਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਰਾਗ ਦਾ ਵਾਦੀ ਸਵਰ ਰਿਸ਼ਭ ਅਤੇ ਸੰਵਾਦੀ ਸਵਰ ਪੰਚਮ ਹੈ ਅਤੇ ਆਓ ਹੁਣ ਅਸੀਂ ਇਸ ਰਾਗ ਦਾ ਆਰੋਹ, ਅਵਰੋਹ ਅਤੇ ਮੁੱਖ ਅੰਗ ਸਰਵਣ ਕਰੀਏ। ਰਾਗ ਗੌੜੀ ਦਾ ਆਰੋਹ ਇਸ ਪ੍ਰਕਾਰ ਹੈ। ਰਾਗ ਗੌੜੀ ਦਾ ਅਵਰੋਹ ਸਾ ਨੀ ਦਾ ਮਾ ਪਾ ਧਾ ਪਾ ਮਾ ਗਾ ਰੇ ਗਾ ਰੇ ਸਾ ਨੀ ਸਾ। ਇਸ ਰਾਗ ਵਿੱਚ ਰਿਸ਼ਭ ਅਤੇ ਦੈਵਤ ਕੋਮਲ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਆਰੋਹ ਵਿੱਚ ਦੈਵਤ ਵਰਜਿਤ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪੈਰ ਮੰਨਿਆ ਜਾਂਦਾ ਹੈ। ਰਾਗ ਗੌੜੀ ਵਿੱਚ ਮਹੱਲਾ ਪਹਿਲਾ, ਮਹੱਲਾ ਤੀਸਰਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਅਤੇ ਭਗਤ ਕਬੀਰ ਜੀ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਪਤਿਤ ਪੁਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ, ਗਜ ਕੋ ਤਾਸ ਮਿੱਟੀਓ ਜਿਹੇ ਸਿਮਰਤ ਆਈ ਤੁਰ
राग गौड़ी महला नौवा साधो गोविंद के गुण गावो साधो गोविंद के गुण गावो साधो गोविंद के गुण गावो मानस जन्म अमोलक पायो मानस जन्म अमोलक पायो बिरथा काहे गवावो बिरथा काहे गवावो बिरथा काहे गवावो साधो गोविंद के गुण गावो पतत पुनीत दीन बंद हर को तास मिट्यो जह सिमरत तुम काहे बिसरावो तुम काहे बिसरावो साधो गोविंद के गुण गावो साधो गोविंद के गुण गावो मानस जन्म अमोलक पायो मानस जन्म अमोलक पायो तज अभिमान मो माया फन तज अभिमान मो माया फन भज नाम नानक कहत मुक्त पंथ एहे नानक कहत मुक्त पंथ एहे गुरमुख हो साधो गोविंद के गुण गावो
तक पायो बिरथा काहे गवावो बिरथा काहे गवावो साधो गोविंद के गुण गोविंद के गुण गोविंद के गुण ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਨ ਸ਼ਬਦ ਜੋ ਬੱਚਿਆਂ ਨੇ ਗਾਇਨ ਕੀਤਾ ਹੈ ਬੜੇ ਸੁੰਦਰ ਢੰਗ ਦੇ ਨਾਲ ਆਪ ਜੀ ਨੇ ਸਰਵਨ ਕੀਤਾ ਹੈ। ਇਹ ਮਹਾਨ ਸ਼ਬਦ ਗੌੜੀ ਰਾਗ ਦੇ ਅੰਦਰ ਸ਼ੋਭਾਇਮਾਨ ਹੈ ਔਰ ਇਸ ਮਹਾਨ ਸ਼ਬਦ ਦੇ ਕਰਤਾ ਇਸ ਮਹਾਨ ਸ਼ਬਦ ਨੂੰ ਇਸ ਸੰਸਾਰ ਦੇ ਵਿੱਚ ਆਪਣੇ ਮੁਖਾਰਬਿੰਦ ਰਾਹੀਂ ਨਸ਼ਰ ਕਰਨ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੌਵੇਂ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਇਸ ਮਹਾਨ ਸ਼ਬਦ ਦੇ ਮਹਾਨ ਬੋਲ ਰੱਖੇ ਨੇ। ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਇਸ ਮਹਾਨ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਮਨੁੱਖੀ ਜੀਵਨ ਦੇ ਲਈ ਇੱਕ ਬੜਾ ਸੁੰਦਰ ਉਪਦੇਸ਼ ਰੱਖਿਆ ਹੈ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਇਸ ਸੰਸਾਰ ਨੂੰ ਜੋ ਉਪਦੇਸ਼ ਦਿੱਤਾ ਹੈ ਉਹ ਹੈ ਕਿ ਇਹ ਜੋ ਮਨੁੱਖ ਜ਼ਿੰਦਗੀ ਹੈ ਇਹ ਬੜੀ ਅਮੋਲਕ ਹੈ ਔਰ ਇਹਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਹੈ। ਔਰ ਸਤਿਗੁਰੂ ਜੀ ਆਖਦੇ ਨੇ ਕਿ ਇਹਨੂੰ ਬਿਰਥਾ ਕਾਹੇ ਗਵਾਵੋ, ਕਿ ਇਸ ਜਨਮ ਨੂੰ ਬਿਰਥਾ ਕਿਉਂ ਗਵਾ ਰਹੇ ਹੋ। ਅਤੇ ਮਨੁੱਖ ਦੇ ਜ਼ਹਿਨੀਅਤ ਦੇ ਵਿੱਚ ਇੱਕ ਬੜਾ ਬਰੀਕ ਸਵਾਲ ਉੱਠਦਾ ਹੈ, ਇੱਕ ਬੜੀ ਮਹੀਨ ਬੁੱਧੀ ਦੇ ਨਾਲ ਮਨੁੱਖ ਆਖਦਾ ਹੈ ਕਿ ਕਿਵੇਂ ਫਿਰ ਇਸ ਜਨਮ ਨੂੰ ਬਿਰਥਾ ਨਾ ਗਵਾਇਆ ਜਾਏ। ਉਹਦੇ ਲਈ ਸਤਿਗੁਰੂ ਜੀ ਨੇ ਸੰਬੋਧਨ ਕੀਤਾ ਹੈ ਸਾਰੇ ਸੰਸਾਰ ਦੇ ਨਾਮ ਜਪਣ ਵਾਲਿਆਂ ਨੂੰ ਕਿ ਭਾਈ ਤੁਸੀਂ ਪਰਮਾਤਮਾ ਦੇ ਗੋਬਿੰਦ ਦੇ ਗੁਣ ਗਾਵੋ, ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਉਸ ਪਰਮਾਤਮਾ ਦੇ ਗੁਣ ਗਾਓ। ਇਹੋ ਜਿਹਾ ਸਤਿਗੁਰੂ ਜੀ ਨੇ ਬੜਾ ਕੇਂਦਰੀ ਭਾਵ ਰੱਖਿਆ ਹੈ ਜਿਹਦੇ ਵਿੱਚ ਬੜੀ ਆਤਮਕ ਸੂਝਬੂਝ ਹੈ ਔਰ ਇਸ ਆਤਮਕ ਸੂਝਬੂਝ ਰਾਹੀਂ ਸਤਿਗੁਰੂ ਜੀ ਮਨੁੱਖ ਨੂੰ ਆਪਣਾ ਜਨਮ ਸਫਲ ਕਰਨ ਦਾ ਇਹ ਸੁੰਦਰ ਕੇਂਦਰੀ ਭਾਵ, ਇਹ ਸੁੰਦਰ ਉਪਦੇਸ਼ ਦੇ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਇਸ ਮਹਾਨ ਸ਼ਬਦ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ ਉਹ ਇਹੀ ਹੈ ਕਿ ਭਾਈ ਜੋ ਲੋਕ ਆਪਣੇ ਜੀਵਨ ਦੇ ਅੰਦਰ ਬੁਰਿਆਈਆਂ ਕਰਕੇ, ਅਵਗੁਣਾਂ ਕਰਕੇ, ਵਿਕ੍ਰਿਤੀਆਂ ਕਰਕੇ ਆਪਣੇ ਜੀਵਨ ਦੇ ਵਿੱਚ ਪਤਿਤ ਹੋ ਜਾਂਦੇ ਨੇ, ਸਤਿਗੁਰੂ ਜੀ ਆਖਦੇ ਨੇ ਜਿਉਂ ਜਿਉਂ ਰੱਬ ਦੇ ਗੁਣ ਗਾਏ ਜਾਂਦੇ ਨੇ ਤਿਉਂ ਤਿਉਂ ਮਨੁੱਖ ਆਪਣੇ ਜੀਵਨ ਦੇ ਵਿੱਚ ਪੁਨੀਤ ਹੋਣਾ ਸ਼ੁਰੂ ਹੋ ਜਾਂਦਾ ਹੈ, ਪੁਨੀਤ ਤੋਂ ਪਾਪ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਜਿਉਂ ਜਿਉਂ ਸਾਧੂ ਭਾਵ ਸਾਰੇ ਸੰਸਾਰ ਦੇ ਨਾਮ ਜਪਣ ਵਾਲਿਆਂ ਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਗੁਣ ਗਾਣੇ ਪ੍ਰਾਰੰਭ ਕੀਤੇ ਨੇ, ਉਹਨਾਂ ਦੇ ਗੁਣਾਂ ਦੇ ਗਾਣ ਦੀ ਪ੍ਰਾਰੰਭਕ ਕਿਰਿਆ ਦੇ ਨਾਲ ਹੀ ਸਤਿਗੁਰੂ ਜੀ ਆਖਦੇ ਨੇ ਉਹਨਾਂ ਦੇ ਪਾਪ ਕੱਟਣੇ ਪ੍ਰਾਰੰਭ ਹੋ ਗਏ ਨੇ ਔਰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਪੁਨੀਤ ਹੋਣਾ ਸ਼ੁਰੂ ਕਰ ਲਿਆ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਦਲਾਵਟ ਹੈ ਜਾਂ ਬਦਲਾਵਟ ਦੀ ਆਹਟ ਹੈ ਉਹ ਇਹੀ ਹੈ ਕਿ ਭਾਈ ਉਹਦੇ ਪਾਪ ਮੁੱਕ ਰਹੇ ਨੇ, ਉਹਦਾ ਜੀਵਨ ਨਿਰਮਲ ਹੋ ਰਿਹਾ ਹੈ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਆਖਦੇ ਨੇ ਤਜ ਮਾਇਆ ਮੋਹ, ਸਤਿਗੁਰੂ ਜੀ ਆਖਦੇ ਨੇ ਮਾਇਆ ਨੂੰ, ਮੋਹ ਨੂੰ, ਅਭਿਮਾਨ ਨੂੰ ਤਜ ਖਤਮ ਕਰ। ਜਿਉਂ ਜਿਉਂ ਮਨੁੱਖ ਅਭਿਮਾਨ ਤੋਂ, ਮਾਇਆ ਤੋਂ ਅਤੇ ਸੰਸਾਰ ਦੇ ਵਿੱਚ ਇਹਨਾਂ ਸਾਰਿਆਂ ਤੋਂ ਉੱਪਰ ਉੱਠਦਾ ਹੈ, ਸਤਿਗੁਰੂ ਜੀ ਆਖਦੇ ਨੇ ਫਿਰ ਉਹਨੂੰ ਉਹ ਮੁਕਤ ਪੰਥ ਮਿਲਦਾ ਹੈ ਜਿਹਦੇ ਵਿੱਚ ਉਹ ਗੁਰੂ ਦੇ ਸਨਮੁਖ ਰਹਿ ਕੇ ਤੁਰਦਿਆਂ ਤੁਰਦਿਆਂ ਆਪਣੇ ਜੀਵਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਮੁਕਤ ਹੋ ਜਾਂਦਾ ਹੈ। ਜਿਹਦੇ ਬਾਬਤ ਸਤਿਗੁਰੂ ਜੀ ਆਖਦੇ ਨੇ ਕਿ ਇਹ ਜੋ ਮੁਕਤੀ ਦਾ ਪੰਥ ਹੈ ਇਹਦੇ ਵਿੱਚ ਗੁਰਮੁਖ ਹੋਏ ਤੁਮ ਪਾਵੋ, ਗੁਰੂ ਦੇ ਸਨਮੁਖ ਰਹਿ ਕੇ ਤੁਸੀਂ ਗੁਰੂ ਪਾਸੋ, ਇਹ ਜਿਹੜਾ ਇੱਕ ਵੱਡਾ ਗਾਡੀ ਰਾਹ ਹੈ ਜਿਹਦੇ ਰਾਹ ਜਿਹਦੇ ਉੱਪਰ ਤੁਰ ਕੇ ਤੁਸੀਂ ਆਪਣੇ ਜੀਵਨ ਦੀ ਮੰਜ਼ਿਲੇ ਮਕਸੂਦ ਆਪਣਾ ਮੁਕਾਮ ਪ੍ਰਾਪਤ ਕਰਦੇ ਹੋ ਔਰ ਉਸ ਮੁਕਤ ਪੰਥ ਦੇ ਉੱਪਰ ਤੁਰਦਿਆਂ ਤੁਰਦਿਆਂ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਤੋਂ ਸਿੱਖਿਆ ਲੈ ਕੇ ਅਕਾਲ ਪੁਰਖ ਨਾਲ ਇਕਮਿਕ ਹੋ ਜਾਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨ ਸਗਲੀ